ਸਿਖਾ ਲੈਣੀ ਆ ਕਿ ਪੈਸੇ ਕਿਵੇਂ ਲਈ ਦੇਣ ਰੋਜ਼ ਰੋਜ਼ ਬਾਹਰ ਕਰਜ਼ੇ ਵਾਲੇ ਆ ਜਾਂਦੇ ਨੇ ਮੈਂ ਤੇ ਥੱਕ ਗਈ ਆ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਮੈਂ ਨਹੀਂ ਤੇਰੇ ਘਰ ਰਹਿਣਾ ਮੈਂ ਜਾਂਦੀ ਪਈ ਆ ਆਪਣੇ ਮੇਕੇ ਉਹਨਾਂ ਕਰਜ਼ੇ ਵਾਲਿਆਂ ਨੂੰ ਮੈਂ ਸੱਦ ਕੇ ਲਿਆਉਣਾ ਬੂਹੇ ਤੇ ਆ ਜਾਓ ਮੇਰੇ ਤੇ ਉਹ ਬਲੀਏ ਲੋਕੇ ਕਰਜ਼ਾ ਲਿਆ ਹੋਇਆ ਤਾਂ ਲਵਣ ਆਉਂਦੇ ਨੇ ਹੁਣ ਤਾਂ ਸੁਖਾਤ ਵੀ ਮਹਿੰਗੀ ਹੋ ਗਈ ਸਪਰੇ ਵੀ ਮਹਿੰਗਾ ਹੋ ਗਿਆ ਫਸਲਾਂ ਉਹ ਤਾਂ ਹੋਣ ਦਾ ਨਾਂ ਨਹੀਂ ਲੈਂਦੀਆਂ ਪਈਆਂ ਦੱਸੋ ਮੈਂ ਪੈਸੇ ਉਹਨਾਂ ਨੂੰ ਕਿਦੋਂ ਦੇਵਾਂ ਆ ਵੇਖ ਤੂੰ ਮੇਰੀ ਜਾਨ ਛੱਡ ਮੈਂ ਚੱਲੀ ਆ ਓਏ ਹੁਣ ਮੈਂ ਕੀ ਕਰਾਂ ਮੇਰੀ ਕਿਸਮਤ ਹੀ ਪੁੱਠੀ ਹੋਈ ਖੜੋਤੀ ਮੈਂ ਗੋਭੀ ਕੱਢੀਏ ਤਾਂ ਬਤਾਉਂ ਗਰਿਆ ਮੈਂ ਦਾਈ ਗੱਡੇ ਕੋਈ ਚਾਵਲ ਨਿਕਲ ਸਣ ਚਾਵਲ ਕੁਝ ਵੇਚਾਂਗੇ ਕੁਝ ਘਰੇ ਪਕਾ ਲਵਾਂਗੇ ਉਹਨਾਂ ਦੀ ਜਗ੍ਹਾ ਤੇ ਛੋਲੇ ਨਿਕਲੇ ਆ ਬਸ ਮੈਂ ਕੀ ਕਰਾਂ ਮੇਰੀ ਕਿਸਮਤ ਪੁੱਠੀ ਹੋਈ ਖੜੋਤੀ ਮੈਂ ਗੱਡਦਾ ਕੋਈ ਹੋਰ ਸਾਇਆ ਉਗਰਦੀ ਹੋਰ ਕਾਈ ਸਾਇਆ ਤੇ ਵੇਖਣਾ ਮੈਂ ਇਹ ਸੋਚ ਕੇ ਸਮਾਣੀ ਲਿਆਂਦੀ ਹੈ ਕਿ ਮੇਰੇ ਦਿਲ ਦਾ ਆਸਰਾ ਬਣ ਸੀ ਤਾਂ ਸਮਾਣੀ ਦਿਲ ਨੂੰ ਤੇ ਮੁੱਕਾ ਤਾਂ ਥਵੜੇ ਮਾਰੀ ਜਾਂਦੀ ਹੈ ਇਹ ਵੀ ਮੇਰੀ ਕਿਸਮਤ ਮਾੜੀ ਹੈ ਤਾਂ ਫਿਰ ਮੈਂ ਕੀ ਕਰਾਂ ਦੱਸ ਮੈਨੂੰ ਉਹ ਤੂੰ ਮੇਰਾ ਤਹਫਜ਼ ਤਾਂ ਕਰਮ ਦੀ ਹੈ ਲੱਗਦਾ ਕੋਈ ਕਰਜ਼ਾ ਲਵਣ ਵਾਲਾ ਆਇਆ ਖਤਰ ਉਹ ਮੈਨੂੰ ਲੁਕਾਉਣ ਮੈਂ ਕਿੱਥੇ ਲੁਕਾਵਾਂ ਤੈਨੂੰ ਮੈਂ ਅੰਦਰ ਜਾਂਦਾ ਪਿਆ ਤੂੰ ਤੂੰ ਕੋਈ ਆਵੇ ਤੈਨੂੰ ਆਖਿਓ ਘਰੇ ਕੋਈ ਨਹੀਂ ਹੁੰਦੀ ਫੁੱਫੀ ਫੌਤ ਹੋਈ ਹੋਈ ਹੈ ਉਹ ਤੇ ਗਿਆ ਹੋਇਆ ਬਾਤ ਪਤਨ ਸ਼ਰੀਫ ਠੀਕ ਹੈ ਹਾਂ ਇਹ ਜਾਨੀ ਆਦੀ ਮਾਂ ਦਾ ਨਾਮ ਲੈ ਅੱਛਾ ਠੀਕ ਹੈ ਜਾ ਪੁਲਿਸ ਲੈ ਜਾ ਸੀ ਉਹਨੂੰ ਥਾਣੇ ਤੇ ਮਰੇ ਸੀ ਲਿੱਤਰ ਤੇ ਲੱਗ ਪਤਾ ਜਾ ਸੀ ਘੱਟ ਰਮਜ਼ੀ ਨੂੰ ਬਾਹਰ ਗੱਲ ਪੈ ਜਾਵੇ ਸਾਡੀਆਂ ਪੁੱਤਰ ਤੂੰ ਅੰਦਰ ਬਹਿ ਜਾ ਮੈਂ ਹੁਣੇ ਇਹਨੂੰ ਸਿਖਾ ਲੈਨੀ ਆ ਕਿ ਪੈਸੇ ਕਿਵੇਂ ਲਈ ਦੇਣੇ ਬਦਤਮੀਜ਼ਾ ਤੈਨੂੰ ਸ਼ਰਮ ਨਹੀਂ ਆਉਂਦੀ ਕਿਸੇ ਦੀ ਧੀ ਦੇ ਨਾਲ ਬਦਤਮੀਜ਼ੀ ਕਰਦੇ ਹੋਇਆ ਪੈਸੇ ਲੈਣੇ ਨਹੀਂ ਤਾਂ ਰਮਜੀ ਕੋਲੋਂ ਲੈ ਇਹਦੇ ਕੋਲੋਂ ਕਿਉਂ ਪੈਸਾ ਮੰਗਦਾ ਪਿਆ ਇਹ ਤੈਨੂੰ ਪੈਸੇ ਕਿੱਥੋਂ ਦੇਵੇਗੀ ਹੈਂ ਮਝਾਰੀ ਮਸੂਮ ਜੇ ਅਗਰ ਤੇਰੇ ਨਾਲ ਜ਼ਿਆਦਾ ਬਦਤਮੀਜ਼ੀ ਕਰੇ ਨਾ ਤਾਂ ਕੱਪੜੇ ਪਾੜ ਕੇ ਥਾਣੇ ਵਗ ਜਾਵੀ ਫਿਰ ਇਹਨੂੰ ਪਤਾ ਲੱਗ ਜਾਵੇਗਾ ਕਹਿਣਗੇ ਕਿਸੇ ਨਾਲ ਬਦਤਮੀਜ਼ੀ ਕਰੀਦੀ ਹੈ ਚੰਗਾ ਬੱਚਾ ਮੈਂ ਚੱਲੀ ਹਾਂ ਅੱਛਾ ਹੁਣ ਤੁਸੀਂ ਵੀ ਜਾਓ ਵੀਰ ਜੀ ਨਹੀਂ ਤੇ ਮੈਂ ਆਪਣੀ ਫੁੱਫੀ ਦੀ ਗੱਲ ਮੰਨ ਕੇ ਪੁਲਿਸ ਨੂੰ ਬੁਲਾ ਲੈਣਾ ਨਾ ਨਾ ਬੀਬੀ ਜੀ ਮਿਹਰਬਾਨੀ ਕਰੋ ਆਪਣੀ ਫੁੱਫੀ ਦੀ ਗੱਲ ਮੰਨ ਕੇ ਪੁਲਿਸ ਨੂੰ ਨਾ ਸੱਦਣਾ
ठीक है ना, तो ना तुसी अपने कपड़े फाड़ना, मैं जानदा पया। वड्डा आया पैसे लवण वाला रमजी सियाणे कोल वो भी।